ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਤੁਸੀਂ ਦਰਸ਼ਨ ਕਰ ਸਕਦੇ ਹੋ ਮਾਤਾ ਦੇ ਮੰਦਰ ਦੀ। ਇਹ 16 ਵਾਲਾ ਮੱਠ ਜਿੱਥੇ ਕਿਹਾ ਜਾਂਦਾ, ਇਹ ਬਰਨਾਲੇ ਤੋਂ ਮੋਗਾ ਰੋਡ ਇੱਕ ਸੜਕ ਜਾਂਦੀ ਹੈ ਖੋਡੀ ਪਿੰਡ ਨੂੰ, ਉਸ ਦੇ ਉੱਤੇ ਸਥਿਤ ਹੈ ਜੀ। ਉਹਦੇ ਉੱਤੇ ਬਣਿਆ ਹੋਇਆ ਮਾਤਾ ਦਾ ਮੰਦਰ, ਦਰਸ਼ਨ ਕਰੋ ਤੁਸੀਂ, ਬਹੁਤ ਸੋਹਣਾ ਮੰਦਰ ਆ। ਅਤੇ ਇੱਥੇ ਉਹ ਜਗ੍ਹਾ ਬਣੀ ਹੈ 16 ਵਾਲਾ ਮੱਠ, ਜਿੱਥੇ 16 ਨੌਜਵਾਨਾਂ ਦੀ ਬਿਜਲੀ ਡਿੱਗਣ ਕਾਰਨ ਮੌਤ ਹੋਈ ਸੀਗੀ। ਉਹਦੀ ਸਟੋਰੀ ਤੁਹਾਨੂੰ ਦੱਸਾਂਗੇ, ਪਹਿਲਾਂ ਦਰਸ਼ਨ ਕਰੋ ਜੀ ਮਾਤਾ ਦੇ ਮੰਦਰ ਦੀ। ਬਹੁਤ ਸੋਹਣਾ ਮੰਦਰ ਆ, ਇੱਕ ਵਾਰ ਜ਼ਰੂਰ ਜਾਇਓ, ਜ਼ਰੂਰ ਦਰਸ਼ਨ ਕਰਿਓ। ਸਾਰੀਆਂ ਸੁੱਖਾਂ ਪੂਰੀਆਂ ਹੁੰਦੀਆਂ ਇੱਥੇ। ਦੇਖ ਕਿੰਨਾ ਸੋਹਣਾ ਮੰਦਰ, ਆਹ ਜਗ੍ਹਾ ਹੀ ਮੰਦਰ, ਮੇਨ ਮੰਦਰ ਬਹੁਤ ਸੋਹਣਾ ਬਣਾਇਆ ਮੰਦਰ, ਦੇਖੋ ਜੀ। ਉਸ ਤੋਂ ਬਾਅਦ ਬਾਹਰ ਆ ਜਾਓ ਜੀ, ਇੱਥੇ ਤੁਸੀਂ ਮੱਥਾ ਟੇਕੋ, ਉਦੋਂ ਬਾਅਦ ਪ੍ਰਸ਼ਾਦ ਮਿਲੂਗਾ ਸਾਨੂੰ, ਖਾਣਾ ਆਪਾਂ ਸਾਨੂੰ ਸਾਰੇ ਦਰਸ਼ਨ ਕਰਾਵਾਂਗਾ। ਫੋਟੋਆਂ ਲੱਗੀਆਂ ਦੇਖੋ, ਕਿੰਨੀਆਂ ਸੋਹਣੀਆਂ ਬਣਾਈਆਂ, ਦੇਖੋ। ਬੈਕ ਸਾਈਡ 'ਤੇ ਆ ਜਾਂਦੇ, ਇੱਧਰ ਮੰਦਰ ਦੀ ਬੈਕ ਸਾਈਡ ਦੇ ਵਿੱਚ ਦੀ ਜਾ ਕੇ ਦਰਸ਼ਨ ਕਰ ਸਕਦੇ ਸਾਰੇ ਸਾਡੇ। ਅਤੇ ਉਸ ਤੋਂ ਬਾਅਦ ਇੱਥੇ ਬਾਬਾ ਜੀ ਬਹਿੰਦੇ ਨੇ, ਜਗ੍ਹਾ ਉਹਨਾਂ ਦੀ ਹੈ। ਇੱਥੋਂ ਆ ਗੇਟ ਬਾਹਰ, ਪਲੀਜ਼ ਪਿਕ ਅਪ ਦ ਸੈੱਲ ਫੋਨ, ਬਾਹਰ ਜਾ ਕੇ ਇੱਥੇ ਮੱਥਾ ਟੇਕ ਸਕਦੇ ਹਾਂ। ਉਸ ਤੋਂ ਬਾਅਦ ਉਹ ਸਾਹਮਣੇ ਬਾਹਰ ਨਿਕਲ ਕੇ, ਬਾਹਰ ਵੀ ਬਹੁਤ ਵੱਡੀਆਂ ਸੀਨਰੀਆਂ ਬਣਾਈਆਂ ਹੋਈਆਂ। ਆ ਗੇਟ ਜਾਂਦੇ ਬਾਹਰ ਆਪਾਂ, ਜਦੋਂ ਸਾਹਮਣੇ ਆ ਬਿਲਡਿੰਗ ਬਣ ਰਹੀ ਹੈ ਨਵੀਂ ਸੰਗਤ ਦੇ ਰਹਿਸ ਲਈ, ਉਹ ਸਾਹਮਣੇ ਜਗ੍ਹਾ ਉਹ ਜਿੱਥੇ 16 ਵਾਲਾ ਮੱਠ ਬਣਿਆ ਹੋਇਆ, ਅੱਜ ਕਰਾਉਣੇ ਦਰਸ਼ਨ ਸੰਗਤ ਜੀ ਸਾਨੂੰ ਸਾਰਿਆਂ ਦੇ। ਜ਼ਰੂਰ ਦੇਖਿਓ ਜਾ ਕੇ, ਕਰੀ ਬਹੁਤ ਵਧੀਆ ਜਗ੍ਹਾ ਬਣੀ ਹੋਈ ਆ ਦਰਸ਼ਨ, ਅਤੇ ਮੇਲਾ ਵੀ ਲੱਗਦਾ ਜੀ। ਆਹ ਜਗ੍ਹਾ ਜੀ ਕਰੋ ਸੰਗਤ ਜੀ ਦਰਸ਼ਨ 16 ਵਾਲੇ ਮੱਠ ਦੀ, ਆਹ 16 ਜਣਿਆਂ ਦੀ ਜਗ੍ਹਾ ਬਣੀ ਹੋਈ ਆ, ਮੜੀਆਂ ਬਣੀਆਂ ਹੋਈਆਂ 16 ਜਣਿਆਂ ਦੀਆਂ, ਦੇਖੋ ਜੀ। ਇਹ ਕਹਾਣੀ ਇੱਦਾਂ ਸੀਗੀ, 17 ਨੌਜਵਾਨ ਡੰਗਰ ਚਾਰਦੇ ਸੀਗੇ ਉੱਥੇ, ਇਹਨਾਂ ਦੇ ਮੀਂਹ ਪੈਣਾ, ਬਿਜਲੀ ਧਰਤੀ ਨਾਲ ਅਲੱਗ ਅਲੱਗ ਮੁੜਦੀ ਸੀਗੀ, ਅਤੇ ਉਹ ਸੋਚਦੇ ਵੀ ਆਪਣੇ ਦੇਖ ਲੈਣੇ 'ਤੇ ਬਿਜਲੀ ਡਿੱਗੂਗੀ ਮੱਥਾ ਟੇਕਦਾ, ਵੀ ਸਾਹਮਣੇ ਕਹਿੰਦੇ ਇੱਕ ਜਿਹਾ ਦਰੱਖਤ ਹੈਗਾ, ਅਤੇ ਉਸ ਨੂੰ ਹੱਥ ਲਾ ਕੇ ਇੱਕ ਜਾਣਾ ਮੁੜੀ ਜਾਓ, ਦੇਖਦੇ ਹਾਂ ਵੀ ਕਿਹਦੇ 'ਤੇ ਡਿੱਗੂਗੀ। ਇੱਕ ਜਾਣਾ ਜਾਈ ਗਿਆ, ਵਾਪਸ ਆਈ ਗਿਆ, ਲਾਸਟ ਵਾਲੇ 17ਵੇਂ ਦੀ ਵਾਰੀ ਆਈ ਜੀ, ਤਾਂ ਉਹਨੂੰ ਕਹਿੰਦੇ ਤੂੰ ਜਾਂ ਧੱਕੇ ਦੇ ਕੇ ਉਹਨੂੰ ਭੇਜਿਆ, ਉਹ ਜਾਂਦਾ ਨਹੀਂ ਸੀ, ਉਹਨੂੰ ਪਤਾ ਮੇਰੀ ਵਾਰੀ ਸੀ। ਜਦੋਂ ਉਹ ਬਾਹਰ ਗਿਆ ਦਰਖਤ ਨੂੰ ਹੱਥ ਲਾਉਣ ਗਿਆ, ਤਾਂ ਉਹ ਬਚ ਗਿਆ, ਜਿਹੜੀ ਪਿੱਛੇ 16 ਰਹਿ ਗਈ ਸੀ ਉਹਨਾਂ 'ਤੇ ਬਿਜਲੀ ਡਿੱਗ ਪਈ ਸੀ। ਇਸ ਲਈ ਇਹ ਜਗ੍ਹਾ ਦਾ ਨਾਂ 16 ਵਾਲਾ ਮੱਠ, 16 ਜਣਿਆਂ ਦੀ ਬਣੀ ਹੋਈ ਸੀ ਇਹ ਸਮਾਧ, ਠੀਕ ਹੈ ਜੀ। ਇਸ ਦੇ ਨਾਂ ਨਾਲ ਜਾਣਿਆ ਜਾਂਦਾ 16 ਵਾਲਾ ਮੱਠ। ਆ ਜਾਓ ਜੀ ਅੱਗੇ, ਫਿਰ ਦਰਸ਼ਨ ਕਰਾਉਣੇ ਮੰਦਰ ਦੇ ਬਾਹਰ, ਫਿਰ ਇਹ ਬਹੁਤ ਸੋਹਣੀਆਂ ਤਸਵੀਰਾਂ ਬਣੀਆਂ ਹੋਈਆਂ,
ਮਾਤਾ ਨੇ ਕ੍ਰਿਸ਼ਨ ਦੀਆਂ ਮਾਤਾ ਦਾ ਮੰਦਰ ਬਣਿਆ, ਨਾਲ ਹੀ ਇਧਰਲੇ ਪਾਸੇ ਪਾਰਕ ਬਣਿਆ ਜਵਾਕਾਂ ਦੇ ਖੇਡਣ ਲਈ ਘੁੰਮਣ ਲਈ। ਉਹ ਝੂਲੇ ਝਾਲੇ ਲੱਗੇ ਹੋਏ ਆ, ਬਹੁਤ ਸੋਹਣਾ ਬਣਿਆ ਹੋਇਆ ਏਰੀਆ ਦੇਖ ਸਕਦੇ ਹੋ ਤੁਸੀਂ। ਟਾਈਮ ਕੱਢ ਕੇ ਜ਼ਰੂਰ ਦਰਸ਼ਨ ਕਰਿਆ ਕਰੋ ਇਹੋ ਜਿਹੀਆਂ ਚੀਜ਼ਾਂ ਦੇ। ਹਾਂ ਦੇਖੋ ਕਿੰਨੀ ਸੋਹਣੀ ਬਣਾਈ ਹੋਈ ਹੈ ਗਊ ਦੀ ਮੂਰਤ, ਇਹ ਵੀ ਸਾਰਾ ਏਰੀਆ ਵਿੱਚ ਹੀ ਆ ਜਾਂਦਾ ਇਹ ਸਾਰਾ। ਉਹ ਸਾਹਮਣੇ ਦੇਖੋ ਤੁਸੀਂ ਦੇਖ ਸਕਦੇ ਹੋ, ਦੇਖੋ ਕਿੱਡੀ ਵੱਡੀ ਗਊ ਦੀ ਮੂਰਤ ਬਣਾਈ ਹੋਈ ਹੈ। ਆਹ ਦੇਖ ਸਕਦੇ ਸਮੁੰਦਰ ਰੜਕਿਆ ਸੀ ਕ੍ਰਿਸ਼ਨ ਭਗਵਾਨ ਉਹਨਾਂ ਜੀ ਨੇ ਸੱਪ ਦੇ ਨਾਲ ਸਾਰੀ ਤਸਵੀਰ ਬਣਾਈ ਹੋਈ ਹੈ। ਆਹ ਸ਼ਿਵ ਜੀ ਦੀ ਭਗਵਾਨ ਦੀ ਮੂਰਤ ਬਣਾਈ ਹੈ, ਦੇਖ ਸਕਦੇ ਕਰੋ ਦਰਸ਼ਨ ਭਗਵਾਨ ਸ਼ਿਵ ਸ਼ੰਕਰ ਜੀ ਸ਼ੰਕਰ। ਹੇਠਾਂ ਸਮੁੰਦਰ ਰੜਕਿਆ ਸੀਗਾ ਨਾ ਉਹਦੀ ਤਸਵੀਰ ਬਣਾਈ ਹੋਈ ਆ, ਰਾਕਸ਼ਸ ਦੇ ਨਾਲ ਉਹਦੇ ਬਾਅਦ ਅੰਦਰ ਆ ਜਾਈ ਥੱਲੇ, ਇਹ ਅੰਦਰੋਂ ਜਗ੍ਹਾ ਬਣੀ ਹੋਈ ਆ, ਇਹਦੇ ਅੰਦਰੋਂ ਖਾਲੀ ਇਹਦੇ ਥੱਲੇ ਨੂੰ ਬਣੀ ਹੋਈ ਹੈ ਜਗ੍ਹਾ, ਥੱਲੇ ਵੀ ਲੈ ਕੇ ਜਾਵਾਂਗੇ ਤੁਹਾਨੂੰ ਆਪਾਂ ਕਿਸੇ ਟਾਈਮ। ਸਾਰੀਆਂ ਮੂਰਤਾਂ ਬਣਨਗੀਆਂ ਇੱਥੇ, ਹੇਠਾਂ ਚੱਲਦੇ ਹਾਂ। ਸ਼ਿਵਜੀ ਭਗਵਾਨ ਦੀ ਮੂਰਤ, ਸਾਰੀਆਂ ਮੂਰਤਾਂ ਬਣੀਆਂ ਥੱਲੇ ਨੂੰ ਜਾਂਦੇ, ਹੇਠਾਂ ਜਾ ਕੇ ਸਾਨੂੰ ਬਣਾਵਾਂਗੇ ਸ਼ਿਵਜੀ ਭਗਵਾਨ ਦੀ ਸ਼ਿਵਲਿੰਗ ਕਰਾਂਗੇ ਦਰਸ਼ਨ। ਬਹੁਤ ਸੋਹਣਾ ਜਫੋਲ ਵੀ ਬਹੁਤ ਵਧੀਆ ਜਗ੍ਹਾ ਬਣੀ ਹੋਈ ਹੈ, ਜ਼ਰੂਰ ਦਰਸ਼ਨ ਕਰਿਓ ਇੱਕ ਵਾਰੀ ਜਾ ਕੇ। ਆ ਜਾਓ, ਆਹ ਆ ਗਈ ਮੇਨ ਜਗ੍ਹਾ ਸ਼ਿਵਜੀ ਭਗਵਾਨ ਦੀ, ਅਤੇ ਸ਼ਿਵਲਿੰਗ ਦੀ ਪੂਜਾ ਹੁੰਦੀ ਹੈ। ਦੇਖੋ ਜੀ ਆਹ ਜਗ੍ਹਾ ਮੇਨ ਜੀ, ਦੇਖ ਦਰਸ਼ਨ ਕਰੋ ਸੰਗਤ ਜੀ। ਬਸ ਫਿਰ ਬਾਹਰ ਨਿਕਲੇ ਆਪਾਂ ਉੱਪਰ ਆ ਗਏ ਜੀ, ਦੇਖੋ ਜੀ ਬਹੁਤ ਸੋਹਣੀਆਂ ਤਸਵੀਰਾਂ ਬਣੀਆਂ ਹੋਈਆਂ। ਕਾਲੀ ਮਾਈ ਦੀ ਜਗ ਮੂਰਤ ਆ ਗਈ, ਦੇਖੋ ਜੀ ਬਾਬਾ ਗੁਰੂ ਨਾਨਕ ਦੇਵ ਜੀ ਦੀ ਆ ਗਈ, ਸਾਰੀਆਂ ਤਸਵੀਰਾਂ ਬਣੀਆਂ ਹੋਈਆਂ। ਆ ਫਿਰ ਤੁਹਾਨੂੰ ਆਪਾਂ ਗਊ ਦਿਖਾਉਂਦੇ, ਦੇਖ ਸਕਦੇ ਹਾਂ ਬਹੁਤ ਸੋਹਣੀ ਜਗ੍ਹਾ ਬਣੀ ਹੋਈ ਹੈ। ਬਾਹਰੋਂ ਦੁਕਾਨ ਸਾਰੀ ਜਗ੍ਹਾ ਦੇਖੋ ਬਾਹਰੋਂ,